ਪੰਜਾਬ ਸਰਕਾਰ ਵੱਲੋਂ ਆਟੋ ਰਿਕਸ਼ਾ ਚਾਲਕਾਂ ਨੂੰ ਵਰਦੀ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਸੀ, ਜਿਸ ਵਿੱਚ ਆਟੋ ਰਿਕਸ਼ਾ ਚਾਲਕਾਂ ਨੇ ਕਿਹਾ ਹੈ ਕਿ ਆਪਣੇ ਕੋਲੋਂ ਪੈਸਾ ਲਗਾ ਕੇ 800 ਦੀ ਵਰਦੀ ਲੈਣੀ ਹੈ। ਕੋਈ ਸਰਕਾਰ ਨਹੀਂ, ਕੋਈ ਆਪੇ ਕੋਲੋਂ ਨਹੀਂ ਦਿੱਤੀ। ਕੰਮ ਕਾਜ ਪੁਲਿਸ ਨੇ ਵਰਦੀ ਲਾਜ਼ਮੀ ਜ਼ਰੂਰੀ ਹੈ। ਆਟੋ ਰਿਕਸ਼ਾ ਵਾਲੇ ਲੁੱਟਾ ਖੋਹਾ ਕਰ ਦੇਣ ਔਰ ਨੰਬਰ ਪਲੇਟ ਤੇ ਲਾਇਸੈਂਸ ਨੰਬਰ ਅਤੇ ਆਟੋ ਨੰਬਰ ਹੋਣਾ ਜ਼ਰੂਰੀ ਹੈ। ਲਾਈਵ ਪੰਜਾਬ ਨਿਊਜ਼ ਦੀ ਬਿਊਰੋ ਰਿਪੋਰਟ। ਜੀ ਤੁਸੀਂ ਪਹਿਲੇ ਨੋਰਮਲ ਕੱਪੜੇ ਜਾਂਦੇ ਸੀਗੇ, ਹੁਣ ਤੁਸੀਂ ਵਰਦੀ ਪਾ ਲਈ ਗਈ ਹੈ, ਲਾਗੂ ਹੋ ਗਈ ਹੈ, ਤੁਹਾਨੂੰ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਗਰਮੀ ਬਹੁਤ ਲੱਗਦੀ ਹੈ, ਆਪਾਂ ਆਮ ਕੱਪੜੇ ਪਾ ਕੇ ਠੀਕ, ਇਹਦੇ 'ਚ ਗਰਮੀ ਜ਼ਿਆਦਾ ਲੱਗ ਰਿਹਾ ਤੁਹਾਨੂੰ ਅੱਜ ਵਰਦੀ ਪਾ ਕੇ? ਤੁਸੀਂ ਪਹਿਲੇ ਤਾਂ ਨੋਰਮਲ ਕੱਪੜਿਆਂ ਜਾਂਦੇ ਸੀਗੇ। ਭਾਅ ਜੀ ਹੁਣ ਤੁਹਾਡੇ ਸਾਹਮਣੇ ਦੇਖ ਲਓ ਜੀ, ਗਰਮੀ 'ਚ ਬੁਰਾ ਹਾਲ ਹੈ, ਕੰਮ ਕਰਕੇ ਹੈ ਨਹੀਂ, ਸਰਕਾਰ ਕਹਿੰਦੀ ਵਰਦੀਆਂ ਤੋਂ ਅਸੀਂ ਪਾਓ ਜੀ, ਆਪਣੇ ਖਰਚੇ ਤੋਂ ਅਸੀਂ ਵਰਦੀਆਂ ਪਾਈਆਂ ਜੀ। ਭਾਅ ਜੀ ਵਰਦੀਆਂ ਲਵਾਤੀਆਂ ਗੌਰਮੈਂਟ ਨੇ ਜੀ, ਗਰਮੀ ਨਾਲ ਬੁਰਾ ਹਾਲ ਹੋ ਰਿਹਾ, ਨਾ ਸਾਨੂੰ ਗੌਰਮੈਂਟ ਨੇ ਦਿੱਤੀਆਂ ਵਰਦੀਆਂ, ਸਾਨੂੰ ਗੋਟ ਆਪਣੇ ਕੋਲੋਂ ਲੈ ਕੇ ਦੇਣ ਲੈਣੀਆਂ ਪੈ ਰਹੀਆਂ, ਨਾ ਕੋਈ ਕੰਮ ਕਾਰ ਹੈਗਾ, ਅਜੇ ਮਜਬੂਰ ਨਾਲ ਵਰਦੀਆਂ ਪਾਈਆਂ। ਤੁਸੀਂ ਕਹਿੰਦੇ ਨੇਮ ਪਲੇਟ ਲਾਓ, ਨੇਮ ਪਲੇਟ ਵੀ ਲੱਗੀ, ਨਾਲ ਲਾਇਸੈਂਸ ਨੰਬਰ ਵੀ ਲਿਖਿਆ, ਸਭ ਕੁਛ ਹੈਗਾ ਤੁਹਾਡੇ ਕੋਲ, ਸਾਰੇ ਬੱਚੇ ਸਭ ਕੁਛ, ਫਿਰ ਵੀ ਤੰਗ ਪਰੇਸ਼ਾਨ ਕਰਦੇ ਨਹੀਂ, ਕਹਿੰਦੇ ਪਰੇਸ਼ਾਨ। ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਵਰਦੀ ਪਾ ਕੇ ਜਿਹੜੀਆਂ ਹੁਣ ਲਾਗੂ ਕੀਤੀਆਂ ਗਈਆਂ ਤੁਹਾਨੂੰ? ਵਰਦੀ ਜੀ ਪਾ ਕੇ ਘੁੱਟਣ ਜੀ ਲੱਗਦੀ ਹੈ, ਬਟ ਗਰਮੀ ਬਹੁਤ ਹੈ, ਵਰਦੀਆਂ ਕੋਲੋਂ ਲੈ ਕੇ ਆਏ। ਕਿੰਨੇ ਦੀ ਵਰਦੀ ਲਿੱਤੀ ਹੈ ਤੁਸੀਂ? ਕੱਲਾ ਕੱਪੜਾ ਹੀ ਲਿਆਂਦਾ ਤੁਸੀਂ ਵਰਦੀ ਦਾ ਜਾਂ ਸੀਤੀ ਸਤਾਈ ਲਿਆਂਦੀ ਹੈ? ਸੀਤੀ ਸਤਾਈ ਲਿਆਂਦਾ। ਅਗੇ ਬਹੁਤ ਬੁਰਾ ਹਾਲ ਹੈ, ਗਰਮੀ ਦੇ ਵਿੱਚ ਇੱਕ ਕਿਸਮ ਦੀ ਮੌਤ ਹੈ, ਇਹ ਵਰਦੀ ਨਹੀਂ, ਜਿੰਨੀ ਗਰਮੀ ਦੀ ਧੁੱਪ ਪੈ ਰਹੀ ਹੈ। ਇਹਨਾਂ ਸਰਕਾਰਾਂ ਨੇ ਕਿਹਾ ਹੈ ਵੀ ਆਟੋਆਂ ਨੇ ਲੁੱਟਾਂ ਖੋਹਾਂ ਕਰਦੇ ਨੇ, ਹੁਣ ਜਦ ਸਾਰਿਆਂ ਨੇ ਵਰਦੀਆਂ ਪਾਤੀਆਂ ਨੇ ਤੇ ਕੀ ਅੱਗੇ ਦੇ ਪਹਿਚਾਣ ਹੋਈ ਨੇ, ਉਹਨੇ ਆਹ ਪੈਂਟ ਪਾਈ, ਆਹ ਸ਼ਰਟ ਪਾਈ, ਆਹ ਨੇ ਆਹ ਕੱਪੜਾ ਪਾਇਆ ਜੀ, ਹੁਣ ਤਾਂ ਸਾਰਿਆਂ ਦੇ ਵਰਦੀਆਂ ਪੈ ਗਈਆਂ ਤੇ ਲੁੱਟਾਂ ਹੁਣ ਜ਼ਿਆਦਾ ਹੋਣੀਆਂ ਨੇ, ਜੇ ਕੀ ਪਤਾ ਦੀ ਪਹਿਚਾਣ ਰਹੂਗੀ। ਮੇਨ ਗੱਲ ਜਿਹੜੀ ਹੈ, ਆਹ ਨੇਮ ਪਲੇਟ ਚਾਹੀਦੀ ਹੈ, ਜਾਂ ਲਾਇਸੈਂਸ ਨੰਬਰ ਹੈ, ਵਰਦੀ ਹੋਵੇ ਚਾਹੇ ਨਾ ਹੋਵੇ। ਹੋਰ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਤੁਸੀਂ? ਹੋਰ ਕੀ ਕਹਿਣਾ ਚਾਹਾਂਗੇ, ਜੇ ਲੁੱਟਾਂ ਖੋਹਾਂ ਰੋਕਣੀਆਂ ਨੇ ਤੇ ਪੁਲਿਸ ਵਾਲੇ ਮਹੀਨੇ ਲੈਣੇ ਬੰਦ ਕਰਨ। ਸਰ ਤੁਹਾਨੂੰ ਵਰਦੀ ਪਾ ਕੇ ਕਿੱਦਾਂ ਦਾ ਮਹਿਸੂਸ ਲੱਗ ਰਿਹਾ ਵਾ? ਅੱਗੇ ਤਾਂ ਤੁਸੀਂ ਨੋਰਮਲ ਕੱਪੜੇ ਪਾ ਕੇ ਵਰਦੀ ਚਲਾਉਂਦੇ ਸੀਗੇ ਆਟੋ, ਹੁਣ ਤੁਹਾਨੂੰ ਵਰਦੀ ਪਾ ਕੇ ਕਿੱਦਾਂ ਦਾ ਲੱਗ ਰਿਹਾ ਵਾ? ਭਾਜੀ ਬਹੁਤ ਗਰਮੀ ਲੱਗ ਰਹੀ ਹੈ ਜੀ, ਬਹੁਤ ਮੋਟਾ ਕੱਪੜਾ ਜੀ, ਅੰਦਰ ਪੂਰਾ ਭਿੱਜਿਆ ਹੋਇਆ, ਇਹ ਕਿਹੜਾ ਲਾਓ, ਥੋੜਾ ਜਿਹਾ ਬਾਹਰ ਨਿਕਲੋ, ਨੀਰੀ ਮੋਤ ਮੋਹ ਦਾ ਨੀਰੀ ਹੈ ਜੀ, ਇੰਨਾ ਮੋਟਾ ਕੱਪੜਾ ਵਾ ਜੀ। ਇਹ ਤੁਸੀਂ ਵਰਦੀ ਤੁਹਾਨੂੰ ਪ੍ਰੋਵਾਈਡ ਕੀਤੀ ਗਈ ਹੈ ਜਾਂ ਕਿੱਦਾਂ ਤੁਸੀਂ ਲਿੱਤੀ ਹੈ? ਨਹੀਂ, ਮੁੱਲ ਲਈ ਜੀ ਆਪਣੀ। ਕਿੰਨੇ ਦੀ ਲਿੱਤੀ ਹੈ ਵਰਦੀ ਤੁਸੀਂ? 800 ਰੁਪਏ। ਵਰਦੀ ਪਾ ਕੇ ਕਿੱਦਾਂ ਦਾ ਮਹਿਸੂਸ ਲੱਗ ਰਿਹਾ ਤੁਹਾਨੂੰ? ਬਹੁਤ ਮੁਸ਼ਕਿਲ ਹੋ ਗਿਆ ਜੀ, ਗਰਮੀ ਵਰਦੀਆਂ ਮੋਟੀਆਂ ਨੇ, ਬਾਹਰ ਨਹੀਂ ਹੋ ਰਹੀ, ਗਰਮੀ ਅੱਗੇ ਬਹੁਤ ਹੈ, ਕੰਮ ਕਰਕੇ ਇੰਨੀ ਧੁੱਪ ਹੋਈ ਨਹੀਂ, ਵਰਦੀਆਂ ਪਾਣੀ ਪੈ ਲਈ ਮਿਲ ਜੀ। ਇਹ ਕਿਆ ਨਾਮ ਹੈ ਆਪਕਾ? ਰਾਜੀ। ਕਿਆ ਕੰਮ ਕਰਤੇ ਹੋ? ਰਿਕਸ਼ਾ ਚਲਾਤਾ ਹੂੰ। ਇਹ ਜੋ ਆਪਣੇ ਵਰਦੀ ਪਹਿਨ ਰੱਖੀ ਹੈ, ਇਹ ਆਪਕੋ ਗੌਰਮੈਂਟ ਕੀ ਤਰਫ ਸੇ ਮਿਲੀ ਹੈ ਵਰਦੀਆਂ ਇਹ ਵਾਲੀ? ਆਪ ਨਹੀਂ ਹੈ। ਤੋ ਕੈਸੇ ਆਪਕੋ ਮਹਿਸੂਸ ਹੋ ਰਿਹਾ? ਅਬ ਜੈਸੇ ਗਰਮੀ ਆਈ ਹੋਈ ਹੈ ਤੋ ਆਪਨੇ ਵਰਦੀ ਪਹਿਨੀ ਹੋਈ ਹੈ, ਕੈਸੇ ਲੱਗ ਰਿਹਾ ਆਪਕੋ? ਵਰਦੀ ਤੋਂ ਪਾਣੀ ਪੈਣੀ ਹੈ, ਗਰਮੀ ਹੋ ਚਾਹੇ ਸਰਦੀ ਹੋਏ ਪਾਣੀ ਪੈਣੀ ਹੈ। ਹਾਂਜੀ ਸਰ। ਹਾਂਜੀ ਭਾਅ ਜੀ। ਸਰ ਇਹ ਜਿਹੜੀ ਤੁਸੀਂ ਵਰਦੀਆਂ ਪਵਾਈਆਂ ਹੈਗੀਆਂ ਨੇ ਤੇ ਇਹ ਕਿੰਨਾ ਵੱਲੋਂ ਲਾਗੂ ਕੀਤੀਆਂ ਗਈਆਂ ਤੁਹਾਨੂੰ? ਭਾਅ ਜੀ ਲਾਗੂ ਤਾਂ ਗੌਰਮੈਂਟ ਵੱਲੋਂ ਹੋਈਆਂ, ਪਰ ਲੈ ਅਸੀਂ ਆਪਣੇ ਖਰਚੇ ਦੇ, ਗੌਰਮੈਂਟ ਵੱਲੋਂ ਕੋਈ ਧੁਰਤ ਨਹੀਂ, ਤੁਹਾਨੂੰ ਆਪਣੇ ਖਰਚੇ ਦੇ 110 ਰੁਪਏ ਮੀਟਰ ਕੱਪੜਾ ਲੈ ਕੇ 500 ਰੁਪਏ ਸਪਾਈ ਦੇ ਕੇ ਵਰਦੀਆਂ ਪਵਾਈਆਂ ਜੀ। ਉੱਥੇ ਸ਼ੋਪ ਹੈਗੀ ਆ, ਉੱਥੋਂ ਹਰ ਤਰ੍ਹਾਂ ਦੀ ਨੰਬਰ ਵਾਈਜ਼ ਮਿਲ ਜਾਂਦੀ ਡਰੈਸ, ਅਸੀਂ ਵੀ ਆਪਣਾ ਨੰਬਰ ਦੇ ਕੇ ਉੱਥੋਂ ਡਰੈਸ ਲਿਆਉਂਦੀ ਆ।
600 ਰੁਪਏ ਦੀ ਡਰੈਸ ਹੈ, ਪੈਂਟ ਕਮੀਜ਼ ਪੂਰੀ ਵਿਦ ਸਿਲਾਈ ਹੈ। ਹਾਂਜੀ ਹਾਂਜੀ ਹਾਂਜੀ, ਰੈਡੀਮੇਡ ਹੀ ਪੈਂਟ ਸ਼ਰਟ ਦੀ 600 ਰੁਪਏ ਦੀ। ਤੇ ਪਾ ਕੇ ਵਰਦੀ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ? ਮਹਿਸੂਸ ਹੈ ਭਾਈ, ਇਹ ਥੋੜ੍ਹਾ ਜਿਹਾ ਕੱਪੜਾ ਥੋੜ੍ਹਾ ਮੋਟਾ ਵਾ, ਗਰਮੀ ਹੈਗੀ ਆ, ਬਾਕੀ ਹੁਣ ਦੇਖਾਂਗੇ ਕਦੀ ਜਿਹੜੀ ਹੋਰ ਸਵਾਣੀ ਹੈ ਉਹ ਅਲੱਗ ਲੈ ਕੇ ਕੱਪੜਾ ਲੈ ਕੇ ਸਵਾਵਾਂਗੇ, ਥੋੜ੍ਹਾ ਜਿਹਾ ਕੱਪੜਾ ਜਿਹੜਾ ਉਹ ਹਲਕਾ ਹੋਏਗਾ, ਕੱਪੜਾ ਜਿਹਾ ਇਹ ਕੱਪੜਾ ਥੋੜ੍ਹਾ ਮੋਟਾ ਹੈ। ਆਹ